अस्सलाम वालेकुम नाज़रीन, मैं आपकी मेज़बान अमीरा खान और आप देख रहे हैं रूही टीवी और सिटी प्रोग्राम में वेलकम हो गया। नाज़रीन, आज फिर मैं आई हूँ मोल दे बार प्रोग्राम करन, पूछेंगे सवाल, खेडेंगे गेम। चलो चलिए लोग। अस्सलाम वालेकुम। वालेकुम सलाम। की करन है तुसी इत्थे? मैं इधर देखन आया माल। देख लिया? देख लिया। की देखिया? जो तुसी देखिया मैं की देखना सी? डॉक्टर ਇਨਸਾਨਾਂ ਦੇ ਕਹਿ ਰਹੀ ਆ ਮੈਂ ਕਿਹਾ ਕਿ ਖੱਚਰਾ ਦਾ ਬਣ ਜਾਣਾ ਵਾ ਤੁਹਾਡਾ ਕਿਹੜਾ ਪਤਾ ਤੁਸੀਂ ਕੁਝ ਵੀ ਨਾ ਸਕਦੇ ਹੋ ਅੱਛਾ ਚਲੋ ਮੇਰੇ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਕਿ ਇੱਕ ਟੈਂਕੀ ਆ ਔਰ ਇਹ 7 ਮਛਲੀਆਂ 2 ਮਰ ਗਈਆਂ ਬਾਕੀ ਕਿੰਨੀਆਂ ਰਹਿ ਗਈਆਂ 30 ਬਸੀਆਂ ਬੜਾ ਹੀ ਵੈਸੇ ਨਾ ਆਸਾਨ ਜਿਹਾ ਸਵਾਲ ਸੀ ਮੇਰੇ ਪਤਾ ਚੱਲ ਜਵਾਬ ਆ ਜਾਣਾ ਹੁਣ ਇੱਥੇ ਪਤਾ ਚੱਲਣਾ ਡਾਕਟਰ ਦੀ ਅੰਗਰੇਜ਼ੀ ਕਿੱਡੀ ਚੰਗੀ ਆ ਹੈ ਤੁਸੀਂ ਮੈਨੂੰ ਦੱਸਣਾ ਜਲੇਬੀ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਜਲੇਬੀ ਕੋ ਬਾਈ ਨਾ ਕਹਦੇ ਉਹ ਜਲੇਬੀ ਬਾਈ ਨਹੀਂ ਜਲੇਬੀ ਬਾਈ ਕਹਿੰਦੇ ਨਾ ਐਂਦੀ ਨਹੀਂ ਕਹਿੰਦੇ ਤੁਸੀਂ ਦੱਸ ਦੋ ਤੋ ਆ ਜਾ ਸੋਚੋ ਤੁਸੀਂ ਡਾਕਟਰ ਬੰਨਾ ਵਾ ਡਾਕਟਰਾਂ ਦੀ ਤੇ ਅੰਗਰੇਜ਼ੀ ਬੜੀ ਵਧੀਆ ਹੁੰਦੀ ਆ ਤੋ ਮੈਂ ਹਾਰ ਗਿਆ ਸਵੀਟਸ ਕਰਵ ਸਵੀਟਸ ਨਹੀਂ ਜਲੇਬੀ ਕਹਿੰਦੇ ਜਲੇਬੀ ਕਹਿੰਦੇ ਨਹੀਂ ਜਲੇਬੀ ਨਹੀਂ ਕਹਿੰਦੇ इंग्लिश पता नहीं हूं इसको मैं हार गया नहीं मैं क्यों आना हां आंदा नहीं ना नहीं मैं नहीं हारया हार ते मननी पानी नहीं मैं नहीं हारया ते मुछारे चूचे हार मननी पानी है मुछारे चूचे किने गए जुगता मैं मारंगी फिर चले एक और सवाल बदल लेते हैं अपा ਤੁਸੀਂ ਦੱਸੋ ਗੋਲ ਗੱਪੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਚਲੋ ਜਲੇਬੀ ਮੈਨੂੰ ਆਇਆ ਨਹੀਂ ਤੇ ਗੋਲ ਗੱਪੇ ਨੂੰ ਦੱਸਣਾ ਉਹ ਤੇ ਆਸਾਨ ਆ ਰਾਉਂਡ ਗੱਪਾ ਰਾਉਂਡ ਗੱਪਾ ਲੈ ਨਹੀਂ ਚਲੋ ਮੈਂ ਹਾਰ ਗਿਆ ਦੇਖਿਆ ਐਂਜਲੀ ਸੀ ਨੇ ਹਾਰ ਮੰਨਣੀ ਅੱਜ ਤੁਹਾਡੇ ਵਿੱਚ ਕੋਈ ਟੈਲੈਂਟ ਹੈਗਾ ਸ਼ੇਰੋ ਸ਼ਾਇਰੀ ਜਾਂ ਸਿੰਗਿੰਗ ਦਾ ਸ਼ੇਰੋ ਸ਼ਾਇਰੀ ਨਹੀਂ ਸਿੰਗਿੰਗ ਕਰ ਲੈਂਦੇ ਆ ਥੋੜੀ ਜੀ ਚਲੋ ਥੋੜੀ ਜੀ ਕਰ ਦਿਓ ਫਿਰ ਅੱਜ ਥੋੜੀ ਜੀ ਕਿਹੜਾ ਗਾਣਾ ਦੱਸਿਓ छोड़ दिया वो रास्ता जिस रास्ते से तुम थे गुजरे छोड़ दिया वो आईना जिस आईने में तेरा अक्स दिखे मैं शहर में तेरे था गैरों सा मुझे अपना कोई ना मिला दुख ना किया उन गलियों का जिन गलियों में तेरा आना हो बस छोड़ दे साडा भी खेड़ा है शुक्रिया वदिया गया अस्सलाम वालेकुम वालेकुम अस्सलाम की करन आए तुसी इत्थे एंजॉय एंजॉय के तो आए ਪਾਸੇ ਹੀ ਆਏ ਅੱਛਾ ਕੋਲੋਂ ਆਏ ਆ ਸਹੀ ਤੇ ਮੋਲ ਜੀ ਕਿਉਂ ਆਏ ਬੋਲੂ ਬੋਲੋ ਆਂਦੀ ਨਹੀਂ ਆਂਦੀ ਏ ਫੁੱਲ ਆਂਦੀ ਏ ਫੇ ਬੋਲੋ ਠੀਕ ਹੈ ਠੀਕ ਹੈ ਕੀ ਕਰਦੇ ਤੁਸੀਂ ਵੇਲੀ ਪੜਦੇ ਪੜਦੇ ਨਹੀਂ ਛੱਡਦਾ ਕੁਝ ਬਣਾ ਨਹੀਂ ਚਾਹੁੰਦੇ ਦੁਲਨ ਪਹਿਲੇ ਸਿਹਤਮੰਦ ਬਣ ਯਕੀਨ ਵਾਰ ਲੇਕਿਨ ਭਾਰ ਦੇ ਥੱਲੇ ਆ ਕੇ ਦੱਬ ਕੇ ਮਾਰਦੇ ਘਰ ਵਾਲੇ ਵੀ ਇਹੀ ਕਹਿੰਦੇ ਨੇ ਮੋਟੀ ਹੋ ਫਿਰ ਤੇ ਸ਼ਾਦੀ ਕਰਾਂਗੇ ਨਹੀਂ ਲਹਿੰਗਾ ਹੀ ਨਹੀਂ ਚੁੱਕਿਆ ਜਾਣਾ ਕਈ ਵਾਰ ਸੰਭਾਲਿਆ ਜਾਣਾ ਕੋਈ ਬਾਤ ਨਹੀਂ ਜਸ ਕਰ ਲੂੰਗੀ ਮੈਂ ਅੱਛਾ ਹਾਂ ਭਾਈ ਲਹਿੰਗਾ ਲੂੰਗਾ ਤੇ ਸੰਭਾਲ ਲਵਾਂਗੇ ਤੂੰ ਲੈਣ ਬਣੀਏ ਸਹੀ ਇੱਕ ਵਾਰੀ ਐਡਜਸਟ ਹੋ ਜਾਂਦਾ ਬੰਦੇ ਸੇ ਇੰਨਾ ਚਾਹ ਕਿਉਂ ਇੰਨਾ ਚਾਹ ਕਿਉਂ ਦੁਲਨ ਬਣਨ ਦਾ ਮਤਲਬ ਤਿਆਰ ਸ਼ਾਰ ਹੋਣਾ ਚੰਗਾ ਲੱਗਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਸੰਦ ਮੈਨੂੰ ਲੱਗਦਾ ਹਮ ਸਾਇਆ ਦੀ ਬੇਸ ਵੀ ਲਾ ਲਈਏ ਸਵਾਸੇ ਨਹੀਂ ਨਹੀਂ ਆਪਣੀ ਲਗਾਈ ਹੈ ਮੈਨੇ ਆਪਣੀ ਲਗਾਈ ਉਹ ਇੰਨੀ ਬੇਸ ਲਾ ਲਈ ਹੈ ਇਹਦੀ ਸੋਨੀ ਆ ਗਈ ਮੈਂ ਮਜ਼ਾਕ ਕਰ ਰਹੀ ਅੱਜ ਜਦੋਂ ਮੈਂ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਵਾ ਕਿ ਗੋਲ ਗੱਪੇ ਨੂੰ ਇੰਗਲਿਸ਼ ਕੀ ਕਹਿੰਦੇ ਪਾਣੀ ਪੂਰੀ ਨਹੀਂ ਨਹੀਂ ਪਾਣੀ ਪੂਰੀ ਕਿਹਨੂੰ ਕਹਿੰਦੇ ਆ ਗੋਲ ਗੱਪਾ
ਗੋਲ ਪੇੜਾ ਤੁਸੀਂ ਵੀ ਚੋਂ ਚਲਾ ਗੋਲ ਕੱਪਾ ਹੀ ਹੋ ਨਹੀਂ ਮੈਂ ਹਾਰੀ ਅਬ ਐਸੇ ਹਾਰ ਗਏ ਹਾਂਜੀ ਹਾਰ ਗਏ ਇੱਕ ਹੋਰ ਸਵਾਲ ਚਲੋ ਤੁਸੀਂ ਮੈਨੂੰ ਦੱਸਣਾ ਵਾ ਕਿ ਉਹ ਕਿਹਦੀ ਸ਼ੈ ਵਾ ਹਰ ਬਾਏ ਇਹਨਾਂ ਨੂੰ ਤੇ ਪਤਾ ਉਹ ਕਿਹਦੀ ਸ਼ੈ ਵਾ ਅੱਜ ਚਲੋ ਫੇਰ ਵੀ ਪੁੱਛ ਲੈਂਦੀ ਕਿਹਦੀ ਸ਼ੈ ਜਿਹੜੀ ਹਸਪੀਟਲ ਅਸੀਂ ਪੈਸੇ ਦੀ ਖਰੀਦਦੇ ਤੇ ਲੇਕਿਨ ਬਾਹਰੋਂ ਸਾਨੂੰ ਫ੍ਰੀ ਮਿਲਦੀ ਆ केयर घर वाले जब केयर करते फ्री में करते हैं हॉस्पिटल पैसे लेते हैं हमसे मरे कार नहीं बारो बारो नहीं आया तुम्हें आ गया था मैं हार गई सोच लो पांच साल दे दा हारी हारी मैं हारी चलो तो ना गेम खेलते हैं ऐसी हैंड फ्री तोड़े करना चलानी है ठीक है हाँ मैं स्पीकर मैं बार बार कहती नाजरी मेरा स्पीकर बहुत है मैं हौली बोलना चाहिए था आवाज आ रही यही हर कुड़ी क्यों कहती मतलब मेरी जा रही होंगी है तुसी एन जा डोले शायद चुई होंगी मैं बोलना नहीं मैं बोलना ही मैंने ये बोलना ही नहीं है जो आपने कहा है ये बोल सही जी इतना नहीं कह तो सही मैं इतना वाज इतना मैं पढ़ी हूं नहीं पढ़ी पढ़ी नहीं चल दास ना डोले शायद चुई नहीं मैं अपने आप को कह रही डोले शायद चुई यही तो मैं कहना चाहती थी यही सुनना सी अच्छा चलो एक और यार मेरी आवाज आंदी है गाना नहीं सही लाया लगता चलो एक और मच्छर दी मासी हुंदी पैड़े पैड़े सारे मेरे को पूछने हैं ये दुनिया दे पैड़े पैड़े रे खोए मैं इदां जिंदा मच्छर दी मासी हुंदी हां चलो जी शुक्रिया वधिया हो गया अस्सलाम वालेकुम वालेकुम अस्सलाम की करना है तुसे ते एंजॉय तुसे की करना है असे मॉल में एंजॉय करने हैं केंज करदे हो शॉपिंग करके हीरे वास्ते ਨੇ ਲਈ ਫਿਕਸ ਕਰਾ ਕੇ ਇਸ ਲੈਤੇ ਕਰਦੇ ਕੀ ਵੈਸੇ ਤੁਸੀਂ ਮੈਂ ਜੌਬ ਕਰਦਾ ਵੀ ਜੌਬ ਕਰਦਾ ਹਾਂ ਮੈਡੀਸਨ ਮਾਰ ਪੜ ਬੂੜ ਲਿਆ ਜੀ ਅਲਹਮਦੁਲਿਲਾ ਜ਼ਿੰਦਗੀ 'ਚ ਕੋਈ ਸੁਪਨਾ ਕਿ ਮੈਂ ਆ ਬਣਨਾ ਚਾਹੁੰਦਾ ਸੀ ਬਣ ਨਹੀਂ ਪਾਇਆ ਡਾਕਟਰ ਬਣਨਾ ਚਾਹੁੰਦਾ ਸੀ ਬਣ ਨਹੀਂ ਪਾਇਆ ਘਰ ਵਾਲਿਆਂ ਨੇ ਕਿਹਾ ਚੱਲ ਪੁੱਤਰ ਜਾ ਕੇ ਕੰਮ ਕਰ ਮੈਂ ਕਿਹਾ ਠੀਕ ਹੈ ਡਾਕਟਰ ਕੀ ਦਾ ਡਾਕਟਰ ਕਿਹੜਾ ਇਨਸਾਨਾਂ ਦਾ ਹੀ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਬਣ ਨਾ ਪਾਏ ਬਿਜ਼ਨਸਮੈਨ ਬਣਨਾ ਚਾਹਤਾ ਹਾਂ ਅਭੀ ਤੋ ਮਿਹਨਤ ਕਰ ਰਹੇ ਹਾਂ ਅੱਲਾਹ ਬਾ ਖੈਰ ਕਰੇ ਚਲੋ ਉਮੀਦ ਕਰਦੇ ਤੁਸੀਂ ਬਣ ਜਾਓ ਬਿਜ਼ਨਸਮੈਨ ਮੇਰੇ ਸਵਾਲ ਦਾ ਜਵਾਬ ਦੇਣਾ ਅੱਜ ਤੁਸੀਂ ਮੈਨੂੰ ਦੱਸਣਾ ਵਾ ਕਿ ਉਹ ਕਿਹਦੀ ਸ਼ਹਿਰ ਜਿਹੜੀ ਹਸਪੀਟਲੋਂ ਅਸੀਂ ਖਰੀਦਦੇ ਆ ਤੇ ਬਾਹਰੋਂ ਫ੍ਰੀ ਮਿਲਦੀ ਆ ਹਸਪੀਟਲੋਂ ਖਰੀਦਨੀ ਆ ਬਾਹਰੋਂ ਫ੍ਰੀ ਮਿਲਦੀ ਆਕਸੀਜਨ ਆਸਾਨ ਸੀ ਅੱਜ ਚਲੋ ਦੂਸਰਾ ਸਵਾਲ ਤੁਸੀਂ ਦੱਸਣਾ ਵਾ ਜਲੇਬੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਜਲੇਬੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਜਲੇਬੀ ਕਹਤੇ ਹੈ ਜਲੇਬੀ ਨਹੀਂ ਜਲੇਬੀ ਕਹਿੰਦੇ ਨਹੀਂ ਕੋਸੀ ਹਾਰ ਗਏ ਹਾਰੇ ਤੇ ਨਹੀਂ ਜਲੇਬੀ ਕਹਿੰਦੇ ਇੰਗਲਿਸ਼ 'ਚ ਵੀ ਨਹੀਂ ਇੰਗਲਿਸ਼ 'ਚ ਕੁਝ ਹੋਰ ਕਹਿੰਦੇ ਲੋ ਜੀ ਅਸੀਂ ਹਾਰ ਗਏ ਕਿਹਾ ਉਹ ਸਿਆਣਾ ਸੀ ਅੱਜ ਚਲੇ ਇੱਕ ਹੋਰ ਸਵਾਲ ਤੁਸੀਂ ਦੱਸੋ ਕਿਹੜੀ ਸ਼ੈ ਵਾ ਜਿਹੜੀ ਪੱਤਿਆਂ ਦੇ ਵਿੱਚ ਲਪੇਟੀ ਹੁੰਦੀ ਆ ਪੱਤਿਆਂ ਦੇ ਵਿੱਚ ਲਪੇਟੀ ਹੁੰਦੀ ਆ ਪੱਤਿਆਂ ਦੇ ਵਿੱਚ ਲਪੇਟੀ ਹੁੰਦੀ ਹੈ ਇਹਨੇ ਮੁਸ਼ਕਿਲ ਮੁਸ਼ਕਿਲ ਸਵਾਲ ਜਿਹੜੇ ਸੀ ਅੱਜ ਹਾਏ ਹਾਏ ਏਡਾ ਸਾਣਾ ਸਾਰਿਆਂ ਨੂੰ ਪਤਾ ਵਾ ਕਿਹਦੀ ਸ਼ੈ ਹੁੰਦੀ ਪਾਨ ਨਹੀਂ ਪੱਤਿਆਂ ਦੇ ਵਿੱਚ ਉਹ ਤੇ ਪੱਤੇ ਵਿੱਚ ਹੁੰਦੇ ਨਾ ਇੱਕ ਪੱਤੇ ਵਿੱਚ ਹੋਰ ਇਰਦ ਗਿਰ ਜ਼ਿਆਦਾ ਪੱਤੇ ਹੁੰਦੇ ਦਰਖਤ ਹੀ ਹੋਣਾ ਪਤਾ ਨਹੀਂ ਜੀ ਕਸੀ ਹਾਰ ਗਏ ਇੱਕ ਸੀ ਟੈਨੀ ਹਾਂ ਉਹ ਅੰਦਰ ਹੁੰਦੀ ਹੈ ਚਲੋ ਗੇਮ ਖੇਡਦੇ ਹਾਂ ਅਸੀਂ ਤੁਹਾਡੇ ਨਾਲ ਠੀਕ ਆ ਗੇਮ ਦਾ ਹੀ ਤੇ ਮਜ਼ਾ ਵਾ ਗੇਮ ਦੇ ਜ਼ਰੀਏ ਹੀ ਤੇ ਮੈਂ ਕਹਿ ਸਕਦੀ ਜੋ ਕਹਿਣਾ ਚਾਹੁੰਦੀ ਆ ਅਲ ਕੰਨਾ ਚਲਾਓ ਆ ਰਹੀ ਵਾਸ ਤੁਸੀਂ ਇੰਜ ਵਾ ਨਿਓਲੇ ਨੂੰ ਲਕਵਾ ਹੋਇਆ ਹੁੰਦਾ ਤੁਸੀਂ ਐਂਜ ਹੋ ਜਿਸ ਨਾਲ ਚੀਲ ਕਵੇ ਤਬਾਈ ਹੁੰਦੀ ਹੈ ਮਰੇ ਦੱਸਣਾ ਮੈਂ ਕਹਿ ਕੀ ਰਹੀ ਹਾਂ ਅੱਛਾ ਕਿ
ਕੀ ਕਹਿ ਰਹੇ ਤੇ ਬੜਾ ਇੰਨੀ ਚੁੰਝ ਵਰਗਾ ਬਣਾ ਮੂੰਹ ਵਰਗਾ ਮੂੰਹ ਹੈ ਲੈ ਹਾਥੀ ਲੈ ਅਜੀ ਜੁਗਤ ਅੱਛਾ ਜੁਗਤ ਵੀ ਬੜੀ ਬੇਕਾਰ ਮਾਰੀ ਹੈ ਮੇਰੀ ਸਿਹਤ ਦੇਖ ਕੇ ਜੁਗਤ ਮਾਰ ਹਾਥੀ ਜਿਹੜਾ ਤੁਸੀਂ ਦੱਸਣਾ ਮੈਂ ਕਹਿ ਕੇ ਰਹੀ ਠੀਕ ਆ ਤੁਸੀਂ ਐਂਜਵਾ ਨਿਓਲੇ ਨੂੰ ਲਕਵਾ ਹੋਇਆ ਹੁੰਦਾ ਕੀ ਹੋਇਆ ਹੁੰਦਾ ਨਿਓਲੇ ਨੂੰ ਲਕਵਾ ਹੋਇਆ ਹੁੰਦਾ ਨਿਓਲੇ ਨੂੰ ਲਕਵਾ ਹੋਇਆ ਹੁੰਦਾ ਆ ਕੰਨ ਅੱਗੇ ਕਰਕੇ ਨਾ ਮੇਰੀ ਆਵਾਜ਼ ਹੀ ਸੁਣਦੇ ਬੜੇ ਸਿਆਣੇ ਆ ਸਾਰੇ ਅੱਛਾ ਚਲੋ ਇੱਕ ਹੋਰ ਤੁਸੀਂ ਐਂਜੋ ਚੌਂਜਲਾ ਗੁਬਾਰਾ ਅੱਛਾ ਤੁਸੀਂ ਐਂਜੋ ਚੌਂਜਲਾ ਗੁਬਾਰਾ ਹੁੰਦਾ ਜਾਂਦੀ ਆ ਆਵਾਜ਼ ਜਾਂਦੀ ਆ ਲਾ ਦਿਓ ਹੁਣ ਲਾ ਦਿਓ ਹੁਣ ਤੁਸੀਂ ਲਾਓ ਆਵਾਜ਼ ਆਂਦੀ ਮੈਂ ਬੋਲਣਾ ਇੰਨਾ ਹਲਕਾ ਵਾ ਕਿ ਆਵਾਜ਼ ਹੀ ਨਾ ਜਾਵੇ ਤੁਸੀਂ ਐਂਜ ਵਾ ਬਾਗੜ ਬਿੱਲੇ ਦਾ ਨਿੱਕਾ ਭਰਾ ਹੁੰਦਾ ਨਿੱਕਾ ਭਰਾ ਹੁੰਦਾ ਚੀਟਿੰਗ ਨਹੀਂ ਕਰਨੀ ਤੁਸੀਂ ਐਂਜ ਜਿਵੇਂ ਬਾਗੜ ਬਿੱਲੇ ਦਾ ਨਿੱਕਾ ਭਰਾ ਹੁੰਦਾ ਨਿੱਕਾ ਭਰਾ ਹੁੰਦਾ ਨਿੱਕਾ ਭਰਾ ਕਮਲਾ ਵੇ ਨਿੱਕਾ ਭਰਾ ਇਹਨੂੰ ਉਹ ਨਹੀਂ ਸਮਝ ਨਹੀਂ ਸੀ ਆਣੇ ਨੇ ਮੈਨੂੰ ਖਪਾ ਦੇਣਾ ਸੀ ਅੱਛਾ ਤੁਸੀਂ ਇੰਜ ਵਾ ਜਿਸ ਤਰ੍ਹਾਂ ਪੰਜ ਮਨ ਦਾ ਆਲੂ ਦਾ ਪੰਜ ਮਨ ਦਾ ਆਲੂ ਦਾ ਆਲੂ ਦਾ ਆਲੂ ਦਾ ਸੁਣ ਕੇ ਜਵਾਬ ਦਿੰਦੇ ਚਲੋ ਬਹੁਤ ਸ਼ੁਕਰੀਆ ਤੁਹਾਡੇ ਵਿੱਚ ਕੋਈ ਟੈਲੈਂਟ ਹੈਗਾ ਟੁੰਡੇ ਮਾਈਕ ਫੜ ਲੋ ਕਿੰਨੀਆਂ ਸ਼ਕੈਤਾਂ ਦਿਲ ਲੈ ਕੇ ਆਇਆ ਬੁੱਲਾਂ ਉੱਤੇ ਰੁੱਤੇ ਬਹਾਰਾਂ ਵਾਲੀ ਪਤਝੜ ਬੁੱਲਾਂ ਉੱਤੇ ਦਿਲ ਟੁੱਟਿਆ ਤੇ ਲੱਗਿਆ ਬਤਾ ਹਾਏ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿੱਤੀ ਤੇਰੇ ਖਾਬਾਂ ਨੇ ਸਜ਼ਾ ਬਸ ਤੁਹਾਨੂੰ ਆਉਂਦਾ ਕੌਨਫੀਡੈਂਸ ਨਹੀਂ ਹੈ ਨਹੀਂ ਕੋਈ ਕੋਈ ਟੈਲੈਂਟ ਨਹੀਂ ਹੈ ਨਹੀਂ ਮੈਨੂੰ ਆਤੇ ਨਹੀਂ ਕੋਈ ਜ਼ਿਆਦਾ ਚਲੋ ਸ਼ੁਕਰੀਆ ਵਧੀਆ ਆ ਗਿਆ ਸ਼ੁਕਰੀਆ ਜੀਨਾ ਜੀਨਾ ਵਕਤ ਹੋ ਗਿਆ ਛੋਟੀ ਸੀ ਬ੍ਰੇਕ ਕਾ ਤੁਸੀਂ ਕਿਤੇ ਨਹੀਂ ਜਾਣਾ ਰਿਮੋਟ ਨੂੰ ਹੱਥ ਨਹੀਂ ਲਾਣਾ ਚੈਨਲ ਨਹੀਂ ਬਦਲਣਾ ਮੈਂ ਜਲਦੀ ਵਾਪਸ ਆਉਂਗੀ ਵੈਲਕਮ ਬੈਕ ਨਾਜ਼ਰੀਨ ਬ੍ਰੇਕ ਸੇ ਵਾਪਸ ਆ ਚੁੱਕੇ ਚਲੋ ਜਿਹੜੇ ਲੋਕਾਂ ਵੱਲ ਤੇ ਸਵਾਲ ਕਰੀਏ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਕਰਨ ਆਏ ਤੁਸੀਂ ਇੱਥੇ ਮੰਮੀ ਆ ਕੇ ਸ਼ਾਪਿੰਗ ਕਰਨ ਲਈ ਕਿਹਦੇ ਵਾਸਤੇ ਆਪਣੇ ਲਈ ਕੋਈ ਇਵੈਂਟ ਆਂਦੇ ਆ ਜਾਂ ਵੈਸੇ ਵੈਸੇ ਹੀ ਜਵਾਬ ਦੇਣਾ ਤੁਸੀਂ ਦੱਸਣਾ ਵਾ ਕਿ ਇੱਕ ਤਲਾਬ ਉਹ ਚ 7 ਮੱਛਲੀਆਂ 2 ਮਰ ਗਈਆਂ ਬਾਕੀ ਕਿੰਨੀਆਂ ਰਹਿ ਗਈਆਂ 5 ਨਹੀਂ 2 ਮਰ ਗਏ ਤੇ 5 ਹੀ ਰਹਿ ਗਈ ਨਹੀਂ ਕੀ ਫਿਰ ਦੱਸੋ ਨਾ 7 ਮੱਛਲੀਆਂ ਇਸ ਵਿੱਚ 2 ਮਰ ਗਈ ਹਾਂ ਤੂੰ ਤਲਾਬ ਮੇਂ ਪੂਰੀ 7 ਹੀ ਹੈ ਥੈਂਕ ਯੂ ਮਨੀਸ਼ਾ ਉਹਨੂੰ ਚਾਹ ਚੜਿਆ ਆਪਣੇ ਵਿਆਹ ਦਾ ਔਰ ਮਤ ਵਜੀ ਨਹੀਂ ਹੈ ਅਭੀ ਕਮਿੰਗ ਸੂਨ ਹੈ ਅਭੀ ਥੋੜੀ ਹੈ ਅੱਛਾ ਚਲੋ ਇੱਕ ਹੋਰ ਸਵਾਲ ਤੁਸੀਂ ਦੱਸਣਾ ਜਲੇਬੀ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਮੇਰਾ ਮੈਥਮੈਟਿਕ ਵੀ ਕਮਜ਼ੋਰ ਹੈ ਔਰ ਇੰਗਲਿਸ਼ ਵੀ ਸੇ ਤਾਂ ਵੀ ਕਮਜ਼ੋਰ ਹੈ ਤੁਸੀਂ ਟੈਨਸ਼ਨ ਨਾ ਲਓ ਉਹ ਇਤਨਾ ਕਾਫੀ ਹੈ ਅੱਛਾ ਆਪਾਂ ਹੋਰ ਕੋਈ ਪੁੱਛ ਲੈਂਦੇ ਸਵਾਲ ਹੈ ਮੈਂ ਵੀ ਪੁੱਛ ਲੈ ਕੁਝ ਹੋਰ ਪੁੱਛ ਲੈ ਇਹ ਤੂੰ ਦੱਸ ਇਹ ਸਵਾਲ ਦੱਸ ਹਾਂ ਉਹ ਕਿਹੜੀ ਸ਼ੈ ਵਾ ਹਸਪੀਟਲ 'ਚ ਸਾਨੂੰ ਪੈਸੇ ਦੇ ਕੇ ਖਰੀਦਣੀ ਪੈਂਦੀ ਹੈ ਤੇ ਬਾਹਰੋਂ ਫ੍ਰੀ ਮਿਲ ਜਾਂਦੀ ਹੈ ਹਸਪੀਟਲ ਮੇਂ ਪੈਸੇ ਹਸਪੀਟਲ ਮੇਂ ਪੈਸੇ ਦੇ ਕੇ ਬਾਹਰ ਸੇ ਫ੍ਰੀ ਮਿਲਤੀ ਹੈ ਕਿਆ ਹੈ ਵੋ ਹਸਪੀਟਲ ਮੇਂ ਪੈਸੇ ਦੇ ਕੇ ਆਕਸੀਜਨ ਆਕਸੀਜਨ ਇਹ
गूगल ते नहीं तुरदियां फिरदियां नहीं नहीं हमारी खुद की मेमोरी बड़ी फास्ट है हाडी नहीं तो ते चा चढ़े है ना नहीं बस मुझे बार-बार अभी मेरी शादी नहीं है अच्छा तुम्हारे विच कोई टैलेंट हैगा नहीं कुछ भी नहीं शेरो शायरी सिंगिंग नहीं ਤੁਹਾਡੇ ਨਾਲ ਗੇਮ ਖੇਡ ਲੈਂਦੇ ਠੀਕ ਆ ਤੁਹਾਡੇ ਕੰਨਾਂ 'ਚ ਅਸੀਂ ਲਾਣੇ ਗਾਣੇ ਤੇ ਮੈਂ ਕੁਛ ਕਹਿਣਾ ਤੁਸੀਂ ਪੁੱਛਣਾ ਮੈਂ ਕੀ ਕਹਿ ਰਹੀ ਠੀਕ ਆ ਪਿੰਟ ਦੇਂਗੀ ਤੁਸੀਂ ਪੁੱਛਣਾ ਮੈਂ ਕਹਿ ਕੀ ਰਹੀ ਚਲੋ ਠੀਕ ਹੈ ਓਕੇ ਅਸੀਂ ਅਮੀਰ ਹੋ ਗਏ ਆ ਤਾਰਾ ਤੋਂ ਬਗੈਰ ਅਸੀਂ ਤਾਰਾ ਵੜਦੀਆਂ ਆਵਾਜ਼ ਉੱਚੀ ਹੋਣੀ ਚਾਹੀਦੀ ਆ ਅੱਛਾ ਮੇਰਾ ਸਪੀਕਰ ਬੜਾ ਨਾ ਗਾਣਾ ਚਲਾ ਦੋ ਗਾਣਾ ਆਵਾਜ਼ ਆ ਰਹੀ आसान सी बोझ लिया अच्छा एक एक और तुसी एंजा चुई हुंदी अच्छा ला दो चलो जी शुक्रिया अस्सलाम वालेकुम वालेकुम सलाम की करना है तुसी इत्थे तुहानू पता ही है की करना है फिर जान जान के पूछ दे जे मैं सुनना चाहती है कि कभी कोई मेनू ना कोई अनोखा या कोई वखरा जे जवाब दवे सारे कोई सेम ही जवाब दंदे कोई वखरा जवाब नहीं दंदा मैं ना खान पीना आया ना फिरन तुरना आया ना एंजॉय करना आया करना है एवें बस धक्के खाने धक्के खा अच्छा चलो मैं थोड़े को सवाल पूछना और तो बाद थोड़े को गाना सुनना कोई गाना तैयार किया वैसे हाँ जी गाने बड़े तैयार ने तुसी सुनने वाले बनो हाँ फनी गाने सुनाते नाल जी तुसी पहले भी इन्होंने मेरे प्रोग्राम च देखे होना बड़े मजे के गाने सुनाते अज भी इन्हों को गाने सुन के आप जावे अमजद अली हाँ हाँ अमजद अली थोड़ा कौन नहीं जानता अमजद अली प्यारे जी मैं नाल नाल प्यारे ना ना लाओ इंज चंगा नहीं लाओ प्यारे नाल जरा इन्हें जानते नहीं इंज ना करो सारे ने देनी है जेड़ी चीज प्यारी है वो प्यारी है प्यारी कह दो कि औखी निकले हुण मेरे मुंह नहीं निकलता कि तुसी प्यारे हो इहदे विच मेरा कसूर तो नहीं अच्छा चलो मेरे सवाल का तुसी जवाब देना तुसी दसना वा के ओ किदी सेवा हॉस्पिटलो जड़ी सानु पैसे ना मिलदी आ लेकिन बारो फ्री हॉस्पिटलो पैसे ना मिलदी है बारो फ्री मैं सुनया होया सी हॉस्पिटलो पैसे ना मिलदी बारो फ्री दंद नहीं दंद ही मिलदे ने बारो कितो फ्री मिल जांदे थोनू अल्लाह दी तरफो फ्री आंदे ने हॉस्पिटलो लो ते मुल मिलदे ने पैसे ने नहीं और की हो सकदा फ्री हॉस्पिटलों पैसा ना मिलती बारों फ्री नहीं तो मैं हार गया मैं हार गया चलो तुझे दसना कि शह वाले जी पत्तिया विच लपेटी हुंदी आ जेडी पत्तिया दे विच लपेटी हुंदी आ छली दिमाग चल रहा तीर ते चल रहा अच्छा आ जवाब ना तुसी सिर्फ हले तक दिता हले तक तुसी इस सवाल दा जवाब दिता वरना किसी ने नहीं दिता अच्छा साफ पता लग रहा है कि पता नहीं लपेटी है छली है चलो मैं थोड़ा एक गेम खेडनी है और तो बाद थोड़ा गाना गेम में खेडनी थोड़े कन्ना दे विच गाने लाने ते तुसी गैस करना मैं की बोल रही ठीक है ओके हो गया चल रहा है गाना ना सोना जला बोला आवाज आ रही मेरी ਤੁਹਾਡੀ ਨਹੀਂ ਆ ਰਹੀ ਉਹਦੀ ਆ ਰਹੀ ਨਹੀਂ ਤੁਹਾਨੂੰ ਕੀ ਪਤਾ ਮੈਂ ਕੀ ਪੁੱਛਣ ਦੇ ਤੁਹਾਡੇ ਲਿਪ ਲਿਪ ਤੁਸੀਂ ਐਂ ਜਵਾ ਸਿਆ ਡੱਡੂ ਹੁੰਦਾ ਦੁਬਾਰਾ 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 ਸਿਆ ਡੱਡੂ ਹੁੰਦਾ ਸਿਆ ਮੈਨੂੰ ਕਿਹਾ ਤੂੰ ਸਿਆ ਹੈ ਸਿਆ ਨਹੀਂ ਹੈਂਡ ਫ੍ਰੀ ਨਹੀਂ ਲਾਣੀ ਸਿਆ ਡੱਡੂ ਹੁੰਦਾ ਸਿਆਲਕੋਟ ਨਹੀਂ ਸਿਆ ਡੱਡੂ ਹੁੰਦਾ
अच्छा मैं तुम्हें सोहना लग रहा हूँ। वाह 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 क्या बात है। मर ना जा मैं कहन तो पहले सोहना लग रहा तू। सिया डड्डू डड्डू सिया ते तू डड्डू सिया डड्डू सिया डड्डू आओ एक और तुसी एं जा बिच्छू दा मामू दा बिस्कुट दा मामू बिच्छू दा मामू बिस बिजू दा मामू बिजू दा मामू ला दो अपनी बच्चे बच्चे की शादी करता है ते कर्जा चुक के ते पैसे लाता है अच्छी शादी करने की कोशिश करता है क्योंकि लोग गल्ला ना करन लेकिन लोग शादी वेख के खा पी के बाद कोई ना कोई नुक्स कट जाते हैं उस टॉपिक का गाना है नाचे नाचे जां जीवो नाचे नाचे जां जीवो लोकी कहिंदे विआह विचों की लब्बे आ दसो रोटी ते रुपया पंज लख लगे आ लोकी कहिंदे विआह विचों की लब्बे आ दसो रोटी ते रुपया पंज लख लगे आ किहदे कोल जाइए गल किनू सुनाइए सानू कर्जे दे थले लोकां नप सुटिया हुण सोचा ही सोचा शाम सवेरे हुण सोचा ही सोचा हो कर असीं मुर्गा पकाया हो नाल उहदे ज़रदा बनाया ओ जेड़ा साडे घर आया असी उन कुर्सी ते बाया ठंडा पानी पियाया हो घर असी मुर्गा पकाया हो नाल उहदे ज़रदा बनाया ओ जेड़ा साडे घर आया असी उन कुर्सी ते बाया ठंडा पानी पियाया हाँ हाँ रुका भी खा गए ओ लोकी सारा ज़रदा भी खा गए ओ लोकी सारा मुर्गा भी खा गए नाले ज़रदा भी खा गए नाले जान लगे कहिंदे कम फिकारे आ हुण सोचा ही सोचा शाम सवेरे हुण सोचा ही सोचा ओ कोई कहिंदा फिर नहीं खानी वो कोई कहिंदा कस्टर्ड खाना वो कोई कहिंदा नान दे उते हुण पट रख के मैं घर नू ले जाना वो कोई कहिंदा फिर नहीं खानी वो कोई कहिंदा कस्टर्ड खाना वो कोई कहिंदा नान दे उते हुण पट रख के मैं घर नू ले जाना हाँ हाँ फिर नहीं भी खा गए वो लोकी सारा कस्टर्ड भी खा गए वो लोकी सारी फिर नहीं भी खा गए नाले कस्टर्ड भी खा गए नाले जान लगे कहिंदे कुछ बचे आते दे होर सोचा ही सोचा शाम सवेरे हुण सोचा ही सोचा लोकी कहिंदे विआह विचों की लब्बे आ दसो रोटी ते रुपया पंज लख लगे आ किहदे कोल जाइए गल किनू सुनाइए सानू कर्जे दे थले लोकां नप सुटिया हुण सोचा ही सोचा शाम सवेरे हुण सोचा ही सोचा थैंक यू ਬਹੁਤ ਵਧੀਆ ਤੁਹਾਨੂੰ ਕਿੰਨੀ ਚੇਰ ਲੱਗੀ ਇਹਨੂੰ ਲਿਖਣ ਲੱਗਿਆ ਸਪੈਸ਼ਲ ਇਸ ਗਾਣਾ ਲਿਖਣ ਤੇ ਤਕਰੀਬਨ ਮੈਨੂੰ 4 ਮਹੀਨੇ ਲੱਗੇ 4 ਮਹੀਨੇ ਮੈਂ 5 ਮਿੰਟ ਚ ਲਿਖ ਦਵਾਂ ਲਿਖ ਕੇ ਦਿਖਾਓ ਇਸ ਹਲੇ ਨਹੀਂ ਤੇ ਕੋ ਗਾਣਾ ਲਿਖ ਕੇ ਦਿਖਾਓ ਅੱਛਾ ਹੁਣ ਮੈਂ ਤੁਹਾਨੂੰ ਇੱਕ ਗਾਣਾ ਸੁਣਾਣਾ ਵਾਂ ਹੱਡ ਰਾਮ ਬੰਦਾ ਕੰਮ ਤੇ ਨਹੀਂ ਜਾਂਦਾ ਬੁੱਢੀ ਉਹਦੀ ਕਹਿੰਦੀ ਕੰਮ ਤੇ ਜਾ ਬੱਚੇ ਘਰ ਭੁੱਖੇ ਮਰਨ ਡਏ ਨੇ ਉਹ ਕਹਿੰਦਾ ਮੈਂ ਕੰਮ ਤੇ ਨਹੀਂ ਜਾਣਾ ਹੁਣ ਮੀਆਂ ਬੀਵੀ ਦੀ ਗੁਫ਼ਤਗੂ ਕਰਨੀ ਤੇ ਤੁਸੀਂ ਨੋਟ ਕਰਨਾ ਮੀਆਂ ਕੌਣ ਹੈ ਤੇ ਬੀਵੀ ਕੌਣ ਹੈ ਤੁਹਾਨੂੰ ਮੈਂ ਗਾਣਾ ਸੁਣਾ ਰਿਹਾ ਆਪਸ ਵਿੱਚ ਗੁਫ਼ਤਗੂ ਹੋ ਰਹੀ ਬੀਵੀ ਸ਼ੁਰੂ ਕਰ ਰਹੀ बंदा शुरू कर रहा सॉरी मैं नहीं जाना कम ते किसे ना भी छड़ दे तू मैनू मेरे हाल ते तू जावेंगा गौर नाल वेख जरा रोंदे पे ने तेरे सारे बाल वे तू जावेंगा जे तू कम ते नहीं जाना गल सुन ले मेरी मैनू राशन पवा दे पूरे साल दा तू जावेंगा हुण बीवी करी कम उते जाना क्यों नहीं दस दिन कमिया घर विच आटा मुका दिस दा नहीं अन्या बचे देन दुहाई तेनू शर्म ना आई रो रो हाल बुरा होया निके बाल दा तू जावेंगा थैंक यू बहुत वधिया मतलब तुसी किन्ने महीने च गाने लिख लेंदे हो एक महीने च वैसे किन्ना क गाना लिख लेंदे हो एक महीने असल दे विच ना हुण थोड़ा जा एक लाइन एक महीने च नहीं नहीं कुछ गाने ऐसे ने कि जेड़े मैं 5 मिनट हुण मेरा पैनाडोल वाला गाना बहुत फेमस होया सी वो मैं 5 मिनट च लिखया सी सिर्फ 5 मिनट आमद दी गल आमद हो गई ते 5 मिनट च 5 मिनट च लिख गया हुण भी देखी क्या मैं 5 मिनट च लिख सकदी हां असी उम्मीद करते हैं कि तुसी एक दिन बहुत बड़े सिंगर बनो वधिया वधिया गाने लिखो तरक्की करो शुक्रिया जी नाज़रीन वक्त हो गया छोटी सी ब्रेक आपने कहीं नहीं जाना तुसी इत्थे रहिए मैं जल्दी वापस आई
केक से हम वापस आ चुके हैं। चलो जरिए लोगों वाले सवाल करिए। अस्सलाम वालेकुम। वालेकुम अस्सलाम। की करना है तुसी ते? हम एंजॉय करने आए हैं। किस तरह एंजॉय कर दे? बस घूम फिर के विंडो शॉपिंग करके बस एंजॉय हो जाता है। कुछ खाएं पिएंगे बस घूमेंगे ऐसे। की कर दे तुसी? मैं स्टडी करती हूं। की बनना चाहंदे हो? फैशन डिजाइन का कोर्स कर रही हूं, साथ रीड भी कर रही हूं। डिजाइनर बनना चाहंदे हो? डिजाइनर बनना चाहती हूं। की डिजाइन करना चाहंदे हो? ज़्यादा तो ड्रेसेस पे तवज्जा देते हैं, ज़्यादा ड्रेसेस पे तवज्जा देते हैं, और फिर आर्ट वगैरह सब कुछ चलता है, जो जो टीचर बताई जाती हैं वो हम सीखी जाते हैं। ये थानू क्या जावे कि तुसी एक सोना जिहा बंदर डिज़ाइन करना कर लूँगे? ये तो बहुत मुश्किल बात है। हाँ अगर आर्ट में आप कहेंगे तो वो हो जाएगा। कादा मुश्किल काम डिजाइन ही करना वा जी। ये तो है। मैं कहती डिजाइनर अगर खोता खिला दो रे वे कपड़े सी देगा। ये तो है। इधर डिजाइनर होना चाहिए है। अभी हम सीख रहे हैं ना इसलिए। चलो मेरे सवाल का जवाब देना, तुसी दसना वा के एक टंकी दे विच सात मछलियां वा, दो मर गईं, बाकी कितनी रह गईं? टंकी के अंदर सात मछलियां, दो मर गई, बाकी कितनी रह गई? मर गई है ना, वहां पड़ी होंगी ना, तो साथ के साथ ही रहेंगी। मर गई हैं? हाँ मर गई हैं। सही है। चलो हम तुझे दसना गोल गप्पे ने इंग्लिश की कहते ये तो आपने बहुत मुश्किल सवाल पूछ लिया। इतना आसान है, कुड़ियां शौक ना खाने का पता तो होना चाहिए था। हम गोल गप्पे ही कहते हैं और हमें यही पता, या पानी पूरी कह लेते हैं या फिर मुझे नहीं। मैं हार गई। मैं हार गई हूँ। अच्छा चलो थोड़े ना गेम खेलते हैं, ठीक है? ए दे 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 सुन दी नहीं है मेरी गल। दूजी भी लानी है? हाँ ला रहे हैं, ला रहे। ठीक है हाँ। आवाज आ रही है मेरी? मेरी आपकी नहीं आ रही थोड़ी। क्या जवाब ही पूरे पूरे दिन दी है वा, मैंने कुछ गड़बड़ी लग रही है। अच्छा थोड़ा मुँह इंजा जैसे मरी मच्छी होंगी। की ताड़ा मुँह इंजा मरी मच्छी होंगी? नहीं जिंदा होएगी मरी नहीं हो सकती। सुनता वा चलो इधर हो, उरे हो यो, मैं दंदी वाड़ लेनी है, पीछे पीछे भजी जाती है। अच्छा एक और थोड़ा मुँह इंजा जिस तरह बिल्ली रुसी होंगी? कोई अच्छी अच्छा सवाल पूछिए, आप तो सारे सारे ऐसे ही पूछी जा रही हैं। बिल्ली रुसी होंगी? ताड़ा मुँह ऐंजा जब बिल्ली रुसी होंगी है। आवाज जा रही है। चलो ला दो। बहुत शुक्रिया। अस्सलाम वालेकुम। वालेकुम सलाम। की करन आए तुसी इत्थे? असी आए घूमन फिरन आए इत्थे। कित्थों आए घूमन फिरन? असी खुशाब तो। इतनी दूरों इत्थे घूमन फिरन क्यों आए? ਸੋਹਣਾ ਲਾਹੌਰ ਦਾ ਮਾਹੌਲ ਹੁੰਦਾ ਕਾਫੀ, ਦੇਖਣ ਦੁਖਣਾ ਆਇਆ ਨਾ। ਕੰਮ ਕਰਦੇ ਇੱਥੇ? ਕੰਮ ਕਰਦੇ ਇੱਥੇ? ਹਾਂ। ਕਿੰਨੇ ਅਰਸੇ ਤੋਂ? ਤੇ ਸਾਲ ਹੋ ਗਿਆ, ਇੱਕ ਸਾਲ ਹੋ ਗਿਆ। ਸਾਲ ਇੱਕ ਹੋ ਗਿਆ? ਸਾਲ ਹੋ ਗਿਆ, ਤੁਹਾਨੂੰ ਹੀ ਸਾਲ ਹੋ ਗਿਆ ਜੀ? ਲਾਇ ਦੁਨੀਆ ਚ ਆਏ ਹਲੇ ਹੋਇਆ ਸਾਲ? 21 ਸਾਲ ਹੋ ਗਿਆ ਅਲਹਮਦੁਲਿਲਾ ਉਮਰ। ਅੱਜ ਜਦੋਂ ਮੈਂ ਸਵਾਲ ਦਾ ਜਵਾਬ ਦੇਣਾ, ਤੁਸੀਂ ਦੱਸਣਾ ਵਾ ਉਹ ਕਿਹਦੀ ਸ਼ੈ ਵਾ ਜਿਹੜੀ ਪੱਤਿਆਂ ਵਿੱਚ ਲਪੇਟੀ ਰਹਿੰਦੀ ਆ? ਕਿਹੜੀ ਚੀਜ਼? ਕਿਹ ਚੀਜ਼ ਪੱਤਿਆਂ ਦੇ ਵਿੱਚ ਲਪੇਟੀ ਹੁੰਦੀ ਆ, ਕਿਹਦੀ ਸ਼ੈ ਵਾ? ਪਾਨ। चलो एक और सवाल तुसी दसना वा ओ कीदी शे वा जेडी हॉस्पिटल असी खरीद के लेंदे आ पर बाहरों सानू फ्री लभदी आ? हॉस्पिटल च होइए ना साढ़े पैसे लगते, खरीदनी पैंदी शे वास्ते, अगर असी बाहर जाइए सानू फ्री मिल जाती है। मैडम साहब ले कोई आ तो स्कूल से बैठा एड असी ले कुमा तो स्कूल लवा। मैं समझ नहीं आंदे क्यों साडी पहाड़ी जुबान है ना? हां थोड़ी होर जुबान आ की कह दबारा गई? मैं क्या बासी एड ले कोई से ना तो स्कूल असी पढ़े मां ते देख के क्यों कहंदे बदया एड असी ले कुमा एडे लायक होंदे ते फिर के असी धक्के क्यों खाने सी स्कूल पढ़ना सी, ये कह रहे ना? मैं जीत गई। नहीं थोड़ा भी सेन नहीं चलता अस्पताल जो पैसे ना मिलते पर्ची। नहीं तुझे को सी हार गए मेडिसिन? नहीं बारो फ्री कौन दिंदा है? चलो जी गेम
ਖੇਡਦੇ ਤੁਹਾਡੇ ਨਾਲ ਮੈਂ ਕੰਨਾਂ 'ਚ ਤੁਹਾਡੇ ਲਾਣਾ ਗਾਣਾ ਤੇ ਤੁਸੀਂ ਪੁੱਛਣਾ ਮੈਂ ਕੀ ਕਹਿ ਰਹੀ ਹਾਂ ਠੀਕ ਆ ਮੇਰੇ ਮੂੰਹ ਵੱਲ ਦੇਖਣਾ ਪੁੱਛਣਾ ਮੈਂ ਕੀ ਕਹਿ ਰਹੀ ਨਾ ਵਿੱਚੋਂ ਕੌਣ ਗੇਮ ਖੇਡੇਗਾ ਲਾਓ ਕੰਨਾਂ ਨੂੰ ਆਵਾਜ਼ ਆ ਰਹੀ ਮੇਰੀ ਤੁਸੀਂ ਇੰਜ ਆ ਚੂਹੇ ਨੂੰ ਸੰਗਲ ਪਾਏ ਹੁੰਦੇ ਤੁਸੀਂ ਇੰਜ ਆ ਚੂਹੇ ਨੂੰ ਸੰਗਲ ਪਾਏ ਹੁੰਦੇ ਕੋਈ ਸਮਝ ਨਹੀਂ ਆ ਰਹੀ ਚੂਹੇ ਨੂੰ ਸੰਗਲ ਪਾਏ ਹੁੰਦੇ ਉਧਰ ਮੂੰਹ ਕਰਕੇ ਦੁਬਾਰਾ ਬੋਲੋ ਚੂਹੇ ਨੂੰ ਸੰਗਲ ਪਾਏ ਹੁੰਦੇ ਦੁਬਾਰਾ ਚੂਹੇ ਨੂੰ ਸੰਗਲ ਪਾਏ ਹੁੰਦੇ चलो सुनाओ दौड़ा चलना जेड़ा भी मैडम साहिबा के चलो रब दी जात च पूरा कीता है तेरा शौक उचेरियां जाइंदा हो सकदा है लटका रास ना भी मेरे सजन बेगानिया बाइंदा ते मैं मानी डीवा बुझण न देसा निभी संगत दियां खन गाइंदा हो भी हटण ते मूड़ त सत बिस्मिल्ला मैं वत भी सजन तसाइंदा ते मैडम साहबा तैनू उडारियां दी चाह कोई नरासन जड़े बू फड़क देन ओ खब कड़ छुड़े सा तू सादगी शराफत दी जिंदगी कटे से ए आकड़ बनमाशी मैं सब कट छुड़े सा और ते नाल मुकना है ते मुकना सही है मैं सादा हमानी पर ही नीति वतना पल्ले त मेडी भी कुछ ए नाराजी पर तेडी त वत भी मैं जब कट छुड़े सा ते एक और मैडम साहबा के इंजे तीन दूसरा तीसरा सुना रहा है इंजे हसदे खेडदे जिंदगी दा हो खाली खाना पुर वणे जद हशर दा कायम मैदान होसी उदा ओद पहाड़ भी भर वणे वत असल नतीजा जाहिर होसी किसे थुड़ वंजने किसे फुड़ वंजने ए दुनिया काविश फानी है मैडम साहबा तुस भी टुर वंजने या सम भी टुर वंजने ये जो है ना हां वंजने वंजने को शिकार है क्या वा नाजरीन मेरे पल्ले नहीं पिया पहाड़ दोबारा तलागन चकवाल खुशाब सरगोदा ये वहां के इलाके की बात कुछ गलत नहीं ना क्या नहीं कुछ गलत नहीं अल्हम्दुलिल्लाह से क्यों करना है मैंने समझ नहीं ना नहीं नहीं आप देखते हैं काफी टाइम से फेसबुक पे यूट्यूब से ये हमारे ना जो ये प्रोग्राम होता है ना इधर सब वो ही होते हैं ये जबान से बात होती है ना बहुत शुक्रिया बहुत शुक्रिया अस्सलाम वालेकुम वालेकुम सलाम की करना है तुसी इत्थे इत्थे असी शॉपिंग करन आए हां की रे वास्ते अपने वास्ते फैमिली दे वास्ते अच्छा तुसी की करदे हो की करदे हो हाउस वाइफ हूं ਵਿਆਹ ਹੋਇਆ ਹਾਊਸ ਵਾਈਫ ਮਤਲਬ ਕੋਸ਼ੀ ਕੋਈ ਕੰਮ ਸ਼ਾਮ ਕਰਨ ਦਾ ਸ਼ੌਕ ਨਹੀਂ ਸੀ ਹੈ ਕੰਮ ਕਰਨ ਦਾ ਸ਼ੌਕ ਬਹੁਤ ਸੀ ਔਰ ਮੈਂ ਟੈਲੈਂਟਡ ਵੀ ਬਹੁਤ ਹੈਗੀ ਆ ਲੇਕਿਨ ਇਹਨਾਂ ਕੀ ਕਹਤੇ ਨਾ ਹਸਬੰਡ ਨੇ ਨਹੀਂ ਕਰਨ ਦਿੱਤਾ ਕੰਮ ਅਸੀਂ ਤੁਹਾਨੂੰ ਕੀ ਸ਼ੌਕ ਸੀ ਇਹ ਮੈਨੂੰ ਸ਼ੌਕ ਸੀ ਟਿਕਟੋਕਰ ਬਣਨ ਦਾ ਸ਼ੌਕ ਸੀ ਹਾਂਜੀ ਤੇ ਚੋਰੀ ਚੋਰੀ ਬਣਾ ਲਿਆ ਕਰੋ ਉਹ ਚੋਰੀ ਚੋਰੀ ਮੈਂ ਬਹੁਤ ਬਣਾਤੀ ਹੂੰ ਚੋਰੀ ਚੋਰੀ ਅੱਜ ਤੇ ਫਿਰ ਚੋਰੀ ਨਾ ਨਾ ਰਹੀ ਫੜੀ ਗਈ ਕੋਈ ਬਾਤ ਨਹੀਂ ਪਕੜੀ ਗਈ ਸੋਕੇ ਪਕੜੀ ਗਈ ਇਹ ਫਿਲਟਰ ਔਰੇ ਵਿੱਚ ਹੁੰਦੇ ਆ ਫਿਲਟਰ ਲਾ ਕੇ ਬਣਾ ਲਿਆ ਕਰੋ ਕਿਸੇ ਨੇ ਨਹੀਂ ਪਹਿਚਾਨਾ ਕਰਦੀ ਹੂੰ ਇਸੇ ਤਰ੍ਹਾਂ ਹੀ ਕਰਦੀ ਹੂੰ ਮੈਂ ਬਹੁਤ ਸ਼ੌਕ ਹੈ ਮੈਨੂੰ ਬਣਾਉਣੇ ਕਾ ਇਸੇ ਤਰ੍ਹਾਂ ਹੀ ਕਰਦੀ ਹੂੰ ਮੈਂ ਹਾਂਜੀ ਬੰਦਾ ਵੀ ਵੇਖੇ ਤਾਂ ਸਮਝ ਹੀ ਨਾ ਆਵੇ ਕਿ ਮੇਰੀ ਬੁੱਢੀ ਆ ਕਾਲਰ ਸੀ ਤਿਆਰ ਹੁੰਦੀ ਹੂੰ ਹਮੇਸ਼ਾ ਜਹਾਂ ਪਰ ਵੀ ਜਾਤੀ ਹੂੰ ਤੁਹਾਨੂੰ ਸੱਜਣ ਦਾ ਸ਼ੌਕ ਹੈਗਾ ਬਹੁਤ ਸ਼ੌਕ ਹੈ ਬਹੁਤ ਸ਼ੌਕ ਹੈ ਮੈਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਮੇਰੀ ਸ਼ਾਦੀ ਕੋ ਹੋ ਗਏ 10 ਸਾਲ ਹੋ ਗਏ ਹਾਂ 10 ਸਾਲ ਹੋ ਗਏ ਮਾਸ਼ਾਅੱਲਾ ਚੰਗੀ ਗੱਲ ਆ ਚਲੋ ਮੇਰੇ ਸਵਾਲ ਦਾ ਜਵਾਬ ਤੁਸੀਂ ਦੇਣਾ ਵਾ ਠੀਕ ਹੈ ਤੁਸੀਂ ਦੱਸਣਾ ਵਾ ਕਿ ਜਲੇਬੀ ਨੂੰ ਇੰਗਲਿਸ਼ ਚ ਕੀ ਕਹਿੰਦੇ ਜਲੇਬੀ ਕੋ ਸਵੀਡਿਸ਼ ਨਹੀਂ ਸਵੀਡਿਸ਼ ਹੀ ਕਹਤੇ ਹੈ ਨਹੀਂ ਆਸਾਨ ਸਾ ਕੋ ਪੁੱਛੋ लपेटी रेंदी आ पान पान नहीं ओ ते एको ही पत्ते च हुंदी आ ना लेकिन ओ शै बहुत सारे पत्ते च लपेटी हुंदी पत्तों में लपेटी होती है पत्तों में लपेटी होती है नहीं ये नहीं मुझे पता चल रहा को छल्ली छल्ली
ਚੱਲੀ 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 ਹਾਂ ਮੈਨੂੰ ਜਿਹੜੇ ਲੋਕ ਵਧੀਆ ਲੱਗਦੇ ਆ ਨਾਜ਼ਰੀਨ ਉੱਥੇ ਚੀਟਿੰਗ ਚੁੱਟਿੰਗ ਹੋ ਜਾਂਦੀ ਖੈਰ ਚੱਲਦਾ ਆਪਨੇ ਮੈਨੂੰ ਅੱਛਾ ਸਮਝਾ ਔਰ ਆਪ ਖੁਦ ਵੀ ਬਹੁਤ ਅੱਛੀ ਹੈ ਅਜੇ ਤੁਹਾਨੂੰ ਗਾਣਾ ਵਗੈਰਾ ਆਂਦਾ ਹਾਂ ਗਾਣਾ ਆਂਦਾ ਤੁਹਾਨੂੰ ਇਹ ਸੁਣਾ ਦਿਓ ਇੱਕ ਚਲੇ ਠੀਕ ਹੈ ਸੁਣਾ ਦਿੱਤੀ ਹੂੰ आई ना हूँ मैं ना तोड़ना मुझे तोड़ना मगर ना छोड़ना मुझे बस ये सोच के मैंने जान दी जानी दिल दिया गवाह खुदा खुदा गवाह बहुत शुक्रिया थैंक यू जी नाजरीन आज मैं आई सी मॉल प्रोग्राम करने थे मैं की सवाल किते सी जवाब की सी थानू मैं दस के जावांगी मेरा पहला सवाल ये सी के जलेबी नू इंग्लिश च की कहंदे आ ते ओरा जवाब आ फनल केक ते नाजरीन मेरा दूसरा सवाल ये सी के गोल गप्पे नू इंग्लिश च की कहंदे आ उनू कहंदे वाटर बॉल जे थानू मेरा जवाब ना समझ आया है ना ते पर सर्च कर लियो मैं सही कह रही मेरी इंग्लिश बहुत वधिया वा ते मेरा तीसरा सवाल ये सी के एक टंकी विच सत मछलियां विच दो मर गईं बाकी किन्नियां रह गईं और सत दियां सत ही रहणगियां भावें मर गईं है ते विच ही आ ते मेरा चौथा सवाल ये सी किहदी शै वा जिहड़ी पत्तियां दे विच लपेटी रहिंदी आ ओह वा छली प्रोग्राम दा वक्त खत्म हो गया लेकिन और तो पहले एक और सवाल अज मैं सवाल बड़े पूछे वाह ते मैनूं याद हुई आ एक और सवाल सी के हॉस्पिटलों किहदी शै जिहड़ी असीं खरीद के लैंदे ते बाहर सानूं फ्री मिलदी आ ओह वा ऑक्सीजन खत्म हो गया प्रोग्राम का वक्त लेकिन आज बहुत मज़ा आया प्रोग्राम करके जल्दी थोड़े नाल मुलाकात होएगी नवी जगह ते नवे सवालों नाल ते नवे कपड़े नाल नवे मेकअप नाल नवे बीरा नाल अपनी बीरा नूं इजाजत दिओ अल्लाह हाफिज़